ਸਾਰਾ ਬਾਜ਼ਾਰ ਬੰਦ ਹੋ ਗਿਆ ਅਤੇ ਕੋਈ ਇੱਕ ਅੱਧੀ ਦੁਕਾਨ ਖੁੱਲ੍ਹੀ ਸੀ। ਕਰੀਬ 9:45 'ਤੇ ਅੱਗ ਲੱਗੀ ਹੈ, ਲੋਕਾਂ ਨੇ ਕਾਲ ਕੀਤੀ, 10-15 'ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਅਤੇ 8:45 'ਤੇ ਮਤਲਬ ਅੱਗ ਲੱਗੀ ਹੈ, 9 ਤੱਕ ਫਾਇਰ ਬ੍ਰਿਗੇਡ ਆ ਗਈ ਹੈ। ਉਹਦੇ ਬਾਅਦ ਇਹ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਪੂਰਨ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ, ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਹੈ। ਉਹ ਤੋਂ ਉਰੇ ਜਿਹੜੇ ਆ ਦੋ ਕੌਸ਼ਲ ਬ੍ਰਦਰ ਜਿਹੜੇ ਦੋ ਦੁਕਾਨਾਂ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀਮੇਡ ਦੀਆਂ। ਟੋਟਲ ਕਿੰਨੀਆਂ ਦੁਕਾਨਾਂ ਲੱਗ ਗਈਆਂ? ਟੋਟਲ 6 ਦੁਕਾਨਾਂ ਲੱਗੀਆਂ। ਉਹਦੇ ਉੱਤੇ ਪਵਨ ਮਨਿਆਰੀ ਵਾਲੇ ਨੂੰ, ਸੂਰੀ ਜਵੈਲਰ ਲਾਸਟ ਸੀ, ਉਹਦਾ ਬਚਾਅ ਵਾ। ਦੁਕਾਨਾਂ ਟੋਟਲ ਲੌਸ ਨਹੀਂ ਆ, ਬਚਾਅ ਵਾ? ਦੇਖੋ ਉਰਲੀ ਥੋੜ੍ਹਾ ਬਚਾਅ ਵਾ, ਬਾਕੀ 4-5 ਟੋਟਲ ਲੌਸ ਆ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਇਹ ਬਾਜ਼ਾਰ 'ਚੋਂ ਫੋਨ ਆਇਆ ਕਿ ਤੁਹਾਡੇ ਲਾਗੇ ਅੱਗ ਲੱਗ ਗਈ ਹੈ, ਛੇਤੀ ਆਓ। ਅਸੀਂ ਫਿਰ ਦੌੜੇ ਆਏ ਹਾਂ ਸਾਰੇ, ਆ ਕੇ ਆ ਮਾਈਨ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ। ਇਹ ਨਹੀਂ ਪਤਾ ਲੱਗ ਸਕਿਆ ਜੀ। ਕੋਈ ਸ਼ਾਰਟ ਸੜਕਟ ਜਿਹੜਾ ਹੋਣ ਦੇ ਨਾਲ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਆ, ਇੱਕ ਦੁਕਾਨ ਤੋਂ ਭੱਖਦੇ ਭੱਖਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ। ਅਸੀਂ ਤਾਂ ਇਹ ਕਹਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂੰਮਾਨ ਚੌਂਕ ਤੋਂ ਲੈ ਕੇ ਅਤੇ ਬਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ, ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ, ਅਸੀਂ ਆਪਣੇ ਖਰਚਿਆਂ 'ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ। ਇਹ ਨਾ ਤਾਂ ਬਾਜ਼ਾਰ 'ਚੋਂ ਤਾਰਾਂ ਬਦਲਦੇ ਆ, ਨਾ ਜੋੜ ਉਹ ਕੱਢਦੇ ਆ। ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਹੈ ਨਹੀਂ, ਕਦੀ ਕੁਛ। ਸ਼ੋਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ। ਇਹ ਜਿੰਨੀ ਅੱਗ ਲੱਗੀ ਆ ਸ਼ੋਰਟ ਸਰਕਟ ਦੇ ਨਾਲ ਲੱਗੀ ਆ। ਇਹ 5 ਦੁਕਾਨਾਂ ਸੜ ਗਈਆਂ ਜੀ, 5 ਦੁਕਾਨਾਂ ਦਾ ਰਿਹਾ ਕੱਖ ਨਹੀਂ ਗਾ ਜੀ, ਕੁਛ ਨਹੀਂ ਰਿਹਾ ਅੰਦਰ ਇਹਨਾਂ ਦੇ ਵਿਚਾਰਿਆਂ ਦੇ। ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ, ਇੱਕ ਮੰਦੇ ਦੀ ਮਾਰ ਉੱਤੋਂ ਉਜੜਿਆ ਪਿਆ, ਕਾਰੋਬਾਰ ਹੈ ਨਹੀਂ, ਉੱਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ, ਨਾ ਕਿਸੇ ਪ੍ਰਸ਼ਾਸਨ ਨੇ, ਨਾ ਕਿਸੇ ਨੇ, ਨਾ ਕੋਈ ਮਦਦ ਕਰਨੀ ਆ, ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ। ਟੀਮਾਂ ਜਿਹੜੀਆਂ ਪਹੁੰਚੀਆਂ ਨੇ, ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਹਦਾ ਤੇ ਪਾਣੀ ਨਹੀਂ ਚੱਲਿਆ ਜੀ, ਉਹਦਾ ਪਾਣੀ ਨਹੀਂ ਚੱਲਿਆ। 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਮੈਂ ਉਸ ਵੇਲੇ ਫੋਨ ਕੀਤਾ ਉਹਨਾਂ ਨੂੰ, ਕੋਈ ਕੰਮ ਨਹੀਂ, ਕੋਈ ਪਹੁੰਚਿਆ, ਫਿਰ 10-15 ਮਿੰਟ ਖੜੀ ਰਹੀ ਆ, ਪਾਣੀ ਨਹੀਂ ਆਇਆ ਕਿ ਅਸੀਂ ਮੈਂ ਐਕਟੀਵਾ ਲੈ ਕੇ ਉੱਥੇ ਗਿਆ, ਉੱਥੇ ਜਿੱਦਾਂ ਹੀ ਪਹੁੰਚਿਆ ਉਹ ਕਹਿੰਦੇ ਹੁਣ ਇਹ ਗੱਡੀ ਗਈ ਆ, ਇੱਥੇ ਗੱਡੀ ਫਿਰ ਨਹੀਂ ਪਹੁੰਚੀ। ਜੇ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀਆਂ ਕੋਈ ਕਦੀ ਪੈਪ ਲੀਕ ਕਦੀ ਕੋ ਇਹਦੇ ਚੱਕਰ ਦੇ ਵਿੱਚ ਕੀ ਬਾਕੀ ਆਈ, ਫਿਰ ਆਪ ਹੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਨਰੇਤਾ ਸੁੱਟੀ, ਆ ਡਾਕਟਰ ਸਾਹਿਬ ਦੇ ਕੋਲ ਪਾਣੀ ਲਿਆਂਦਾ, ਪੈਪ ਲਾਈ, ਬਾਲਟਿਆਂ ਨੇ ਪਾਣੀ ਪਿਜਾ। ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜ਼ਿਆਦਾ ਜ਼ਿਆਦਾ, ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ, ਉਹ ਪਬਲਿਕ ਹੀ ਜਿਹੜੀ ਸ਼ਟਰ ਤੋੜਦੀ ਪਈ ਆ, ਸਾਰਾ ਕੰਮ ਕਰਦੀ ਪਈ। ਇਹ ਸਾਰੀ 90% ਅਸੀਂ ਤਾਂ ਕਹਾਂਗੇ ਬਿਜਲੀ ਬੋਰਡ ਦੀ ਨਾਕਾਮੀ ਆ। ਪ੍ਰਸ਼ਾਸਨ ਦਾ ਅਧਿਕਾਰੀ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ, ਉਹ MLA ਸਾਹਿਬ ਦੇ ਛੋਟੇ ਬ੍ਰਦਰ ਨੇ, ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਨੇ, ਉਹ ਤਾਂ ਆਪਣੇ ਗੱਡੀ ਦੇ ਉੱਤੇ ਚੜ੍ਹ ਕੇ ਵੀ ਅੱਗ ਜਿਹੜੀ ਆ ਬੁਝਾ ਰਹੇ, ਜਿੰਨੀ ਕੁ ਕੋਸ਼ਿਸ਼ ਉਹਨਾਂ ਕੋਲ ਹੋ ਰਹੀ ਆ ਉਹ ਕਰ ਰਹੇ ਨੇ। ਬਾਕੀ ਜਿਹੜਾ ਅਸੀਂ ਕਹੀਏ ਕਿ ਉਹ ਪ੍ਰਸ਼ਾਸਨ ਉਹ ਹਜੇ ਤੱਕ ਕੁਛ ਨਹੀਂ ਜੀ ਪਹੁੰਚਿਆ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।